This is Brand Max Network India and you are watching News India Now. ਜੋ ਕਿ ਪਿਛਲੇ ਦਿਨੀ ਪੈਂਦਾ ਮਹੱਲਾ ਮਖਦੂਮਪੁਰਾ ਵਿੱਚੋਂ ਲੋਕਾਂ ਦੀ ਪਛਾਣੀ 20 ਦਿਨਾਂ ਵਿੱਚ 10 ਵਾਰੀ ਲਗਾਤਾਰ ਸਵੇਰੇ 5 ਵਜੇ ਲੈ ਕੇ ਸ਼ਾਮੀ 7 ਵਜੇ ਦੇ ਆ ਗਏ ਬੱਤੀ ਨਹੀਂ ਆਂਦੀ ਨਾ ਐਸਡੀਓ ਤੇ ਨਾ ਜਈ ਰਾਜਪਾਲ ਐਸਡੀਓ ਕਪੂਰ ਨਾ ਸਾਡਾ ਕੋਈ ਫੋਨ ਅਟੈਂਡ ਕਰਦਾ 20 ਫੋਨ ਕਰਕੇ ਅੱਜ ਬਿਜਲੀ ਬੋਰਡ ਦੇ ਐਸਸੀ ਸੱਚਰ ਜੀ ਨੂੰ ਫੋਨ ਕੀਤਾ ਫਿਰ ਮੈਂ ਬੇਰੀ ਸਾਹਿਬ ਨੂੰ ਕਹਿ ਕੇ ਹੁਸ਼ਿਆਰਪੁਰ ਚੀਫ ਨੂੰ ਫੋਨ ਕਰਾਇਆ ਹਜੇ ਤੱਕ ਕੋਈ ਬੱਤੀ ਦਾ ਹੁਣ ਜਾ ਕੇ 2 ਬਿਜਲੀ ਵਾਲੇ ਆਏ ਆ ਸਵੇਰ ਦੇ ਨਿੱਕੇ ਨਿੱਕੇ ਬੱਚੇ ਦੇਖੋ ਗਰਮੀ ਨਾਲ ਲੋਕੀ ਵਿਚਾਰੇ ਪਰੇਸ਼ਾਨ ਆ ਔਰ ਮੈਂ ਇਹੀ ਮੰਗ ਕਰਦਾ ਜਾਂ ਤੇ ਇਹਨਾਂ ਨੂੰ ਕਹੋ ਕੋਈ ਨਾ ਕੋਈ ਇੱਥੇ ਵਧੀਆ ਤਾਰਾ ਪਾਉਣ ਕਿਉਂਕਿ ਮਹੱਲੇ ਵਾਲੇ ਸਾਰੇ ਪਰੇਸ਼ਾਨ ਨੇ ਬਹੁਤ ਜ਼ਿਆਦਾ ਪਲੀਜ਼ ਮੇਰੀ ਰਿਕੁਐਸਟ ਆ ਬਿਜਲੀ ਬੋਰਡ ਨੂੰ ਕਿ ਬੱਚਿਆਂ ਦੇ ਛੋਟੇ ਦਾ ਤਸਕਰ ਦੇਖੋ ਵਿਚਾਰੇ ਗਰਮੀ ਨਾਲ ਕਿੱਦਾਂ ਘਰੋਂ ਬਾਹਰ ਆਏ ਛੋਟੇ ਛੋਟੇ ਬੱਚੇ ਜੇ ਪ੍ਰਸ਼ਾਸਨ ਨੇ ਇਹ ਮੇਰਾ ਮਸਲਾ ਹੱਲ ਨਾ ਕੀਤਾ ਬਿਜਲੀ ਬੋਰਡ ਦਫ਼ਤਰ ਨੇ ਤੇ ਮੈਂ ਸਾਰੇ ਮਹੱਲੇ ਨੂੰ ਲੈ ਕੇ ਬਿਜਲੀ ਬੋਰਡ ਦਫ਼ਤਰ ਦਾ ਘਰੋਂ ਕਰਾਂਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਆਪ ਹੋਏਗਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਜੇ ਮੇਰੇ ਮਹੱਲੇ ਦੇ ਕਿਸੇ ਨੂੰ ਇੱਕ ਨਿੱਕੇ ਬੱਚੇ ਤੋਂ ਲੈ ਕੇ ਵੱਡੇ ਨੂੰ ਪਰੇਸ਼ਾਨੀ ਆਈ ਉਹਦੀ ਜ਼ਿੰਮੇਵਾਰੀ ਬਿਜਲੀ ਬੋਰਡ ਹੋਏਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਕਿੰਨੇ ਦਿਨਾਂ ਤੋਂ ਬੱਤੀ ਜਾ ਰਹੀ ਹੈ ਲਗਾਤਾਰ ਇਹ ਪਿਛਲੇ 20 ਦਿਨਾਂ ਚੋਂ 10 ਵਾਰੀ ਲਗਾਤਾਰ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮੀ 7-7 ਵਜੇ ਤੱਕ ਬੱਤੀ ਨਾ ਆ ਰਹੀ ਜੀ ਕੋਈ ਕੰਪਲੇਂਟ ਦਿੱਤੀ ਬਿਜਲੀ ਬੋਰਡ ਅਸੀਂ ਸਵੇਰ ਦੇ 50 ਫੋਨ ਐਸਡੀਓ ਨੂੰ ਕਰ ਚੁੱਕੇ ਆ ਤੇ ਘਟਵੜ ਜੇਈ ਨੂੰ 20 ਫੋਨ ਕਰ ਚੁੱਕੇ ਆ ਸਾਡੇ ਫੋਨ ਦਾ ਕੋਈ ਜਵਾਬ ਨਹੀਂ ਤਾਂ ਹੁਣ ਹਾਰ ਕੇ ਮੱਲੇ ਵਾਲੇ ਮੇਰੇ ਨਾਲ ਗਏ ਉੱਥੇ ਤੇ ਅਸੀਂ ਉੱਥੇ ਮਿਲ ਕੇ ਆਏ ਉੱਥੇ ਦਫ਼ਤਰ 'ਚ ਕੋਈ ਨਹੀਂ ਹੈਗਾ ਤੇ ਐਸਡੀਓ ਨੂੰ ਫੋਨ ਕੀਤਾ ਹੁਣ ਸ਼ਾਮੀ 7 ਵਜੇ ਨੇ ਮੇਰਾ ਫੋਨ ਅਟੈਂਡ ਕੀਤਾ ਜਾ ਕੇ ਜਿੰਨੂੰ ਹੁਣ ਮੈਂ ਇੱਥੇ ਲਾ ਗਿਆ ਮੈਂ ਕਿਹਾ ਇਹ ਮਸਲਾ ਹੱਲ ਕਰਾ ਮੇਰਾ ਇਹੀ ਬੇਨਤੀ ਕਰਾਂਗਾ ਜੋ ਤਾਰਾਂ ਵੱਡੀਆਂ ਪੈਣੀਆਂ ਇਹਦਾ ਜੋ ਹੱਲ ਹੋਣਾਗਾ ਛੇਤੀ ਛੇਤੀ ਕਰਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਮੱਲੇ ਵਾਲਿਆਂ ਦਾ ਵੀ ਸਾਰਿਆਂ ਦਾ ਜਿਹੜੇ ਮੇਰੀ ਇੱਕ ਆਵਾਜ਼ ਤੇ ਆਏ Hey there. Subscribe to my channel. And also press this bell icon. So you never miss any new updates, cause whenever we upload new video, you will get a notification on your phone.